ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਸਰਕਾਰ ਕਈ ਦਾਅਵੇ ਕਰਦੀ ਹੈ, ਪਰ ਸਹੂਲਤਾਂ ਨਾ ਹੋਣ ਦੇ ਕਾਰਨ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਸਰਕਾਰੀ ਸਕੂਲਾਂ ਨੂੰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ, ਜਿਸ ਦੀ ਮਿਸਾਲ ਪਿੰਡ ਖਚੜਾ ਦਾ ਸਰਕਾਰੀ ਮਿਡਲ ਸਕੂਲ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਦਾ ਅਖੀਰਲਾ ਪਿੰਡ ਖਚੜਾ, ਜਿਸ ਦੀ ਕੁੱਲ ਆਬਾਦੀ 2500 ਹੈ ਅਤੇ ਵੋਟਰਾਂ ਦੀ ਗਿਣਤੀ 1200 ਦੇ ਕਰੀਬ ਹੈ, ਉਸ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਬਿਜਲੀ ਕਨੈਕਸ਼ਨ ਪਿਛਲੇ 7 ਮਹੀਨਿਆਂ ਤੋਂ ਬਿਜਲੀ ਬੋਰਡ ਵੱਲੋਂ ਕੱਟੇ ਜਾ ਚੁੱਕੇ ਹਨ, ਜਿਸ ਕਾਰਨ ਬੱਚਿਆਂ ਨੂੰ ਪੜ੍ਹਾਈ ਵਿੱਚ ਕਾਫ਼ੀ ਤੰਗੀ ਆ ਰਹੀ ਹੈ। ਪਿੰਡ ਵਾਸੀਆਂ ਦਾ ਇਸ ਸੰਬੰਧੀ ਕਹਿਣਾ ਹੈ ਕਿ ਪਿਛਲੇ 7 ਮਹੀਨਿਆਂ ਤੋਂ ਬਿਜਲੀ ਬੋਰਡ ਵੱਲੋਂ ਬਿੱਲ ਨਾ ਭਰਨ ਦੇ ਕਾਰਨ ਕਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਨ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਕੂਲ ਨੂੰ ਕੋਈ ਵਿਸ਼ੇਸ਼ ਗ੍ਰਾਂਟ ਨਹੀਂ ਦਿੱਤੀ ਜਾਂਦੀ, ਜਿਸ ਨਾਲ ਸਕੂਲ ਦੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਸਲਾ ਹੁਣ ਉਹਨਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਅਤੇ ਜਲਦ ਹੀ ਸੰਬੰਧਿਤ ਅਧਿਕਾਰੀ ਨਾਲ ਗੱਲ ਕਰ ਬਿੱਲ ਕਲੀਅਰ ਕਰਵਾ ਦਿੱਤਾ ਜਾਵੇਗਾ। ਸਕੂਲ 'ਚ ਬਿਜਲੀ ਦਾ ਇੱਕ ਤਾਂ ਬਿੱਲ ਭਰਨ ਵਾਲਾ ਹੈ, ਉਹਦੇ ਕਰਕੇ 5-6 ਮਹੀਨਿਆਂ ਦਾ ਕਨੈਕਸ਼ਨ ਕੱਟਿਆ ਪਿਆ। ਮੈਨੂੰ ਤਾਂ 5-4 ਦਿਨ ਪਹਿਲਾਂ ਹੀ ਪਤਾ ਲੱਗਿਆ ਪਿੰਡ 'ਚੋਂ ਵੀ ਬਿਜਲੀ ਦਾ ਬਿੱਲ ਨਹੀਂ, 5-6 ਮਹੀਨੇ ਪਿਛਲੇ 5-6 ਮਹੀਨਿਆਂ ਤੋਂ ਕਨੈਕਸ਼ਨ ਵੀ ਕੱਟਿਆ ਹੋਇਆ, ਬੱਚੇ ਗਰਮੀ 'ਚ ਔਖੇ ਉਹਨਾਂ ਨੇ ਸਾਰਿਆ। ਇੱਕ ਸਕੂਲ ਦੀ ਜਿਹੜੀ ਕੰਧ ਹੈ ਉਹ ਖੇਤਾਂ ਵਾਲੇ ਪਾਸਿਓਂ ਡਿੱਗੀ ਪਈ ਹੈ ਅਤੇ ਉਹ ਕਢਵਾਉਣ ਵਾਲੀ 3-4 ਮਹੀਨੇ ਪਹਿਲਾਂ ਦੀ ਡਿੱਗੀ ਵੀ ਹੈ, ਉਹਦੇ ਕਰਕੇ ਪਸ਼ੂ ਵੀ ਉਹਦੇ 'ਚ ਸਕੂਲ 'ਚ ਆ ਜਾਂਦੇ ਆ, ਬੂਟੇ ਖਰਾਬ ਕਰਦੇ ਆ ਬੜੀ ਮਿਹਨਤ ਨਾਲ। ਪਹਿਲਾਂ ਟੀਚਰ ਸੀ ਉਹਨਾਂ ਨੇ ਬੂਟੇ ਇੱਥੇ ਬੜਾ ਵਧੀਆ ਬਣਾਤਾ ਸੀ ਅਤੇ ਹੁਣ ਉਹ ਜਿਹੜੇ ਹੈ ਖਰਾਬ ਕਰ ਰਹੇ ਆ, ਬਲਕਿ ਬੱਚਿਆਂ ਦੀ ਸੇਫਟੀ ਨਹੀਂ ਗੀ ਉਹਦੇ ਕਰਕੇ, ਕੰਧ ਟੁੱਟੀ ਹੋਣ ਕਰਕੇ। ਕੀ ਮੰਗ ਕੀ ਹੈ? ਸਾਡੀ ਮੰਗ ਹੈ ਵੀ ਇਹਨੂੰ ਗ੍ਰਾਂਟ ਦੇ ਕੇ ਜਿਹੜੀ ਚਾਰਦੀਵਾਰੀ ਹੈ ਕੀਤੀ ਜਾਵੇ ਅਤੇ ਇਹਦਾ ਜਿਹੜਾ ਬਿੱਲ ਹੈ ਉਹ ਜਿਹੜਾ ਹੈ ਭਰਿਆ ਜਾਵੇ, ਭਰ ਕੇ ਕਨੈਕਸ਼ਨ ਜੁੜਵਾਇਆ ਜਾਵੇ। ਕਿੰਨੇ ਕਿੱਥੇ ਜਿਹੜੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਹਨ ਅਤੇ ਕੀ ਉਹਨਾਂ ਨੂੰ ਜਿਹੜੀ ਪਰੇਸ਼ਾਨੀ ਇੱਥੇ ਸਭ ਤੋਂ ਵੱਧ ਆਈ ਜੀ ਹੁਣ ਚੱਲੀਏ ਬਿਜਲੀ ਦੇ ਬਿੱਲ ਕੱਟੇ ਹੋਏ ਆ? ਹਾਂ, ਇੱਥੇ ਕੋਈ 250-300 ਬੱਚਾ 250-300 ਬੱਚਾ ਪੜ੍ਹਦਾ ਹੈ ਅਤੇ ਜਦੋਂ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ, ਅੱਗੇ ਪਿੱਛੇ ਗਰਮੀ ਸੀ, ਸਾਰੀ ਗਰਮੀ ਉਹਨਾਂ ਨੇ ਬਿਨਾਂ ਪੱਖਿਆਂ ਤੋਂ ਹੀ ਬਿਤਾਈ ਹੈ, ਇਸ ਕਰਕੇ ਬਹੁਤ ਪਰੇਸ਼ਾਨੀ 'ਚ ਰਹੇ ਹੈ। ਹੁਣ ਆ ਕੇ ਅੱਜ ਸਕੂਲ 'ਚ ਪਤਾ ਲੱਗਿਆ, ਬੱਚਿਆਂ ਨੇ ਦੱਸਿਆ ਵੀ ਅਸੀਂ ਗਰਮੀ 'ਚ ਬਹੁਤ ਤੰਗ ਹੋਏ। ਸੁਰੱਖਿਆ ਦੇ ਲਿਹਾਜ਼ ਤੋਂ ਜਦੋਂ ਇਹਦੀ ਚਾਰਦੀਵਾਰੀ ਹੈ ਨਹੀਂ ਗੀ ਅਤੇ ਕੋਈ ਵੀ ਆ ਕੇ ਇੱਥੇ ਬਹੁਤ ਮਹਿੰਗੇ ਮਹਿੰਗੇ ਕੰਪਿਊਟਰ ਪਏ ਆ, ਉਹਨਾਂ ਨੂੰ ਚੋਰੀ ਕਰ ਸਕਦਾ। ਬਿਜਲੀ ਕਰਕੇ ਕੰਪਿਊਟਰ ਵੈਸੇ ਵੀ ਬੰਦ ਪਏ ਹੈ, ਜਿਨ੍ਹਾਂ ਦੀ ਕਿ ਬਿਜਲੀ ਦੀ ਬਹੁਤ ਲੋੜ ਹੈ। ਪਾਣੀ ਬੂਟੇ ਸੁੱਕ ਰਹੇ ਆ, ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ, ਪਾਣੀ ਪੀਣ ਦੀ ਵੀ ਸਮੱਸਿਆ ਆਉਂਦੀ ਹੈ। ਪਾਣੀ ਵਾਟਰ ਕੂਲਰ ਸਕੂਲ 'ਚ ਦਿੱਤਾ ਪਿਆ, ਕਿਸੇ ਨੇ ਦਾਨ ਕੀਤਾ ਪਿਆ, ਉਹ ਬਿਜਲੀ ਬਿਨਾਂ ਬੰਦ ਪਿਆ, ਇਸ ਕਰਕੇ ਹਰ ਤਰ੍ਹਾਂ ਦੀ ਸਮੱਸਿਆ ਹੈ ਬੜੀਆਂ। ਇੱਥੇ ਜ਼ਿਆਦਾਤਰ ਦੇਖਣ 'ਚ ਆਇਆ ਕਿ ਐਸ ਸੀ ਕਮਿਊਨਿਟੀ ਦੇ ਬੱਚੇ ਪੜ੍ਹ ਰਹੇ ਆ ਅਤੇ ਲੱਗਦਾ ਨਹੀਂ ਕਿ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵੀ ਕੋਈ ਇਹ ਮਤਲਬ ਮਤਰੇਆ ਜਾਂ ਸਲੂਕ ਜਿਹਾ ਜਿਵੇਂ ਕਿ? ਬਿਲਕੁਲ ਬਿਲਕੁਲ ਜੀ, ਇੱਥੇ ਸਾਰੇ ਬੱਚੇ ਐਸ ਸੀ ਪੜ੍ਹਦੇ ਹੋਣ ਕਰਕੇ ਕੋਈ ਪ੍ਰਸ਼ਾਸਨ ਜਾਂ ਉਸ ਕਰਕੇ ਧਿਆਨ ਹੀ ਨਹੀਂ ਲੈ ਰਿਹਾ ਗਾ, ਜੇ ਨਾ ਹੀ ਕੋਈ ਉਹਦਾ ਕੋਈ ਉੱਤਾ ਵਾਚ ਰਿਹਾ, ਜਿਵੇਂ ਆਪਾਂ ਕਹਿ ਦਈਏ ਵੀ ਅਫਸਰ ਵੀ ਇਸ ਗੱਲ ਨੂੰ ਕੋਈ ਇਗਨੋਰ ਕਰ ਰਹੇ ਹੈ ਵੀ ਸਾਡੇ ਕੋਲ ਕਿਹੜਾ ਆ ਕੇ ਸਾਡੇ ਤਾਈਂ ਪਹੁੰਚ ਨਹੀਂ ਕਰ ਸਕਦੇ ਐਸ ਸੀ ਬੰਦੇ ਜਿਹੜੇ ਵਿਚਾਰੇ, ਇਸ ਕਰਕੇ ਉਹ ਆਪ ਹੁਕਮ ਕਰਨੀ ਨਹੀਂ ਸੁੱਤੇ ਹੋਏ। ਇਹ ਬਿਜਲੀ ਦਾ ਕਨੈਕਸ਼ਨ 5-6 ਮਹੀਨਿਆਂ ਤੋਂ ਕੱਟਿਆ ਹੋਇਆ ਜੀ, ਗਰਮੀ ਸਾਰੀ ਬੱਚਿਆਂ ਨੇ ਬਿਨਾਂ ਬਿਜਲੀ ਤੋਂ ਟਪਾਈ ਆ, ਬਿਨਾਂ ਪੱਖਿਆਂ ਤੋਂ, ਜੋ ਕੰਪਿਊਟਰ ਆ ਸਕੂਲ 'ਚ ਉਹ ਵੀ ਬਿਜਲੀ ਨਾਲ ਹੀ ਚੱਲਣੇ ਹੈ, ਬੱਚਿਆਂ ਦੀ ਕੋਈ ਪੜ੍ਹਾਈ ਨਹੀਂ ਹੋ ਰਹੀ, ਕੰਪਿਊਟਰ ਮਤਲਬ ਉਹ ਜਿਹੜਾ ਕੰਮ ਕਰਾਉਣਾ ਉਹ ਨਹੀਂ ਹੋ ਰਿਹਾ ਉਹਨਾਂ 'ਤੇ, ਇਹ ਬੱਚਿਆਂ ਨੂੰ ਸਮੱਸਿਆ ਆ ਰਹੀ ਹੈ। ਹੋਰ ਕੀ ਸਮੱਸਿਆ ਆ ਰਹੀ ਹੈ? ਪੀਣ ਵਾਲਾ ਪਾਣੀ ਹੋਇਆ ਜਾਂ ਇੱਦਾਂ ਦੀ? ਹਾਂਜੀ ਹਾਂਜੀ, ਪੀਣ ਵਾਲਾ ਪਾਣੀ ਆਰ ਓ ਨਹੀਂ ਚੱਲ ਰਿਹਾ ਹੈਗਾ, ਕੋਈ ਉਹ ਮਤਲਬ ਫਰਿੱਜਰ ਨਹੀਂ ਚੱਲ ਰਿਹਾ, ਕੋਈ ਮੋਟਰਾਂ ਜਿਹੜੀ ਹੁਣ ਪਾਣੀ ਬੂਟਿਆਂ ਨੂੰ ਪਾਣੀ ਦੇਣਾ, ਕੋਈ ਮੋਟਰ ਨਹੀਂ ਚੱਲ ਰਹੀ, ਕੁਛ ਨਹੀਂ ਚੱਲ ਰਿਹਾ। ਅਸੀਂ ਜਿਵੇਂ ਮਤਲਬ 8ਵੀਂ ਕਲਾਸ ਤੱਕ ਕੋਈ ਵੀ ਅਧਿਕਾਰਤ ਤੌਰ 'ਤੇ ਕੋਈ ਫੰਡ ਵਗੈਰਾ ਬੱਚਾ ਤੋਂ ਨਹੀਂ ਲੈ ਸਕਦੇ ਅਤੇ ਪਿਛਲੇ ਸਮੇਂ 'ਚ ਸਰਕਾਰ ਵੱਲੋਂ ਵੀ ਸਾਨੂੰ ਕੋਈ ਮਤਲਬ ਮਾਲੀ ਮਦਦ ਇਸ ਟਾਈਪ ਦੀ ਨਹੀਂ ਆਈ ਕਿ ਜਿਹਦੇ ਨਾਲ ਅਸੀਂ ਬਿੱਲ ਪੇ ਕਰ ਸਕੀਏ। ਇਸ ਕਰਕੇ ਲਗਾਤਾਰ ਹਰ ਸਾਲ ਮਹੀਨੇ ਦੇ ਮਹੀਨੇ ਬਿੱਲ ਉਹ ਜੁੜਦਾ ਰਿਹਾ, ਇਸ ਕਰਕੇ ਉਹ ਬਿੱਲ ਦੀ ਜਿਹੜੀ ਅਮਾਊਂਟ ਵੱਧ ਗਈ ਹੈ ਅਤੇ ਹੁਣ ਪਿਛਲੇ ਮਹੀਨੇ ਸਰਕਾਰ ਵੱਲੋਂ 12,000 ਰੁਪਇਆ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਅਤੇ 6,000 ਰੁਪਇਆ ਮਿਡਲ ਸਕੂਲਾਂ ਵਾਸਤੇ ਜਿਹੜਾ ਉਹ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਉਹ ਬਿੱਲ ਜਿਹੜਾ 6,000 ਰੁਪਇਆ ਅਸੀਂ ਉੱਥੇ ਭਰ ਚੁੱਕੇ ਹਾਂ, ਬਿਜਲੀ ਬੋਰਡ ਨੂੰ ਜਮ੍ਹਾਂ ਕਰਵਾ ਚੁੱਕੇ ਹਾਂ ਜੀ। ਲਗਭਗ 28,000 ਦੇ ਕਰੀਬ ਸੀਗਾ ਉਹਨਾਂ ਦਾ ਜਿਹੜਾ ਆਪਣਾ ਟੋਟਲ ਬਿੱਲ ਸੀ ਅਤੇ ਇਹਦਾ ਮਤਲਬ ਹੁਣ 22-23,000 ਰੁਪਏ ਦੇ ਕਰੀਬ ਬਿੱਲ ਜਿਹੜਾ ਬਕਾਇਆ ਰਹਿੰਦਾ ਹੋਊਗਾ ਅਤੇ ਹੁਣ ਜਿਹੜਾ ਇਸ ਮਹੀਨੇ ਦਾ ਬਿੱਲ ਹੋਰ ਆਏਗਾ ਉਹ ਵਿੱਚ ਉਹਦੇ ਐਡ ਹੋ ਜਾਏਗਾ। ਹਾਂ, ਬਾਉਂਡਰੀ ਵੱਲ ਕਾਫ਼ੀ ਦੇਰ ਦੀ ਹੋਈ ਹੈ, ਵਿਭਾਗ ਨੂੰ ਵੀ ਉਹਦੀ ਸੂਚਨਾ ਦਿੱਤੀ ਹੋਈ ਸੀ, ਉਸ ਸਕੂਲ ਵੱਲੋਂ ਇੱਧਰ ਆਈ ਸੀ, ਅਸੀਂ ਅੱਗੇ ਫੋਰਵਰਡ ਕਰ ਦਿੱਤੀ ਸੀ। ਬਿਜਲੀ ਨਾ ਹੋਣ ਨਾਲ ਕੋਈ ਐਜੂਕੇਸ਼ਨ ਦੇ ਬੱਚਿਆਂ ਦੇ ਕੋਈ? ਹਾਂ ਜੀ, ਬਿਲਕੁਲ ਜੀ ਫਰਕ ਪੈਂਦਾ, ਛੋਟੇ ਬੱਚੇ ਆ, ਗਰਮੀ 'ਚ ਤਾਂ ਬਹੁਤ ਬੁਰਾ ਹਾਲ ਰਹਿੰਦਾ, ਉਸ ਤੋਂ ਇਲਾਵਾ ਵੀ ਜੇ ਬਿਜਲੀ ਨਾ ਹੋਣ ਦੇ ਕਾਰਨ ਸਾਡੇ ਕੰਪਿਊਟਰ ਵਗੈਰਾ ਨਹੀਂ ਚੱਲਦੇ, ਡਾਕ ਵਗੈਰਾ ਦੀ ਮਤਲਬ ਉੱਥੇ ਭੇਜਣੀ ਜਾਂ ਉੱਥੋਂ ਡਾਕ ਪ੍ਰਾਪਤ ਕਰਨ, ਇਹ 'ਚ ਵੀ ਸਾਨੂੰ ਮੁਸ਼ਕਲ ਆਉਂਦੀ ਆ, ਸੋ ਬਿਜਲੀ ਦਾ ਬਹੁਤ ਜ਼ਰੂਰੀ ਹੈ ਜੀ। ਵਿਭਾਗ ਨੂੰ ਕੋਈ? ਹਾਂ, ਵਿਭਾਗ ਨੂੰ ਇਸ ਸੰਬੰਧ 'ਚ ਪਹਿਲਾਂ ਸੂਚਨਾ ਦਿੱਤੀ ਹੋਈ ਸੀ ਜੀ।
ਸੋ ਜਿਵੇਂ ਸਰਕਾਰ ਦੀ ਕੋਈ ਗ੍ਰਾਂਟ ਸਾਨੂੰ ਆਊਗੀ ਅਸੀਂ ਨਾਲ ਦੇ ਨਾਲ ਬਿੱਲ ਪੇ ਕਰਾਂਗੇ ਉਹਦਾ ਜੀ। ਬੇਸਿਕਲੀ ਇਹ ਕੋਈ ਆਉਣਾ ਬਿੱਲਸ ਵਗੈਰਾ ਐਜੂਕੇਸ਼ਨ ਡਿਪਾਰਟਮੈਂਟ ਜਾਂ ਸਕੂਲ ਦੇ ਜਿਹੜੀਆਂ ਅਥਾਰਟੀਜ਼ ਵੱਲੋਂ ਨਹੀਂ ਪੇ ਹੋਈਆਂ ਹੋਣੀਆਂ, ਮੈਂ ਇਹਦਾ ਪਤਾ ਕਰ ਲੈਣਾ। ਜੇ ਪਾਰਟ ਪੇਮੈਂਟ ਵੀ ਹੋਈ ਹੋਈ ਤਾਂ ਮੈਂ ਡਿਪਾਰਟਮੈਂਟ ਨਾਲ ਗੱਲ ਕਰਕੇ ਅਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਬਿਜਲੀ ਚੱਲ ਜਾਵੇ ਤਾਂ ਕਿ ਬੱਚਿਆਂ ਦਾ ਕੋਈ ਪੜ੍ਹਾਈ ਵਿੱਚ ਨੁਕਸਾਨ ਨਾ ਹੋਵੇ। ਬਿਊਰੋ ਰਿਪੋਰਟ ਦਾ ਟੀਵੀ NRI।